ਅੱਜ ਮੈਂ ਤੁਹਾਡੇ ਵਾਸਤੇ ਕੁਝ ਹਟ ਕੇ ਲੇਟੈਸਟ ਕਲੈਕਸ਼ਨ ਲੈ ਕੇ ਆਈ ਹਾਂ ਹੈਂਡਵਰਕ ਸਾੜੀਜ਼ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਸੁਨੈਣਾ ਇੱਕ ਵਾਰੀ ਫਿਰ ਤੁਹਾਡਾ ਵੈਲਕਮ ਕਰਦੀ ਹਾਂ ਜੀ ਅੱਜ ਮੇਰਾ ਫੈਸ਼ਨ ਦੇ ਯੂਟਿਊਬ ਚੈਨਲ ਦੇ ਵਿੱਚ। ਅੱਜ ਮੈਂ ਤੁਹਾਡੇ ਵਾਸਤੇ ਕੁਝ ਹਟਕੇ ਲੇਟੈਸਟ ਕਲੈਕਸ਼ਨ ਲੈ ਕੇ ਆਈ ਹਾਂ ਹੈਂਡਵਰਕ ਸਾੜੀਜ਼ ਦਾ, ਜਿਹੜੇ ਕਿ ਪਾਰਟੀਵੇਅਰ ਕਲੈਕਸ਼ਨ ਨੇ ਸਾਰੇ ਦੇ ਸਾਰੇ। ਅਤੇ ਨਾਲੇ ਤੁਸੀਂ ਕੋਈ ਕਲੈਕਸ਼ਨ ਤੁਹਾਨੂੰ ਲੱਗੇ ਕਿ ਹਾਂ ਮੈਨੂੰ ਪਸੰਦ ਆ ਰਿਹਾ, ਤੁਹਾਨੂੰ ਵੀ ਪਰਚੇਸਿੰਗ ਕਰਨੀ ਹੈ, ਤੁਹਾਨੂੰ ਵੀ ਚਾਹੀਦਾ ਹੈ ਉਹ ਕਲੈਕਸ਼ਨ, ਤਾਂ ਤੁਸੀਂ ਸਕਰੀਨ 'ਤੇ ਦਿੱਤੇ ਹੋਏ ਨੰਬਰ 'ਤੇ ਵੀ ਉਹਦਾ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ, ਤੁਹਾਨੂੰ ਸਾਰੀਆਂ ਡਿਟੇਲ ਉਹਦੇ 'ਤੇ ਮਿਲ ਜਾਣਗੀਆਂ। ਨਾਲੇ ਤੁਹਾਨੂੰ ਦੱਸ ਦਿੰਦੇ ਹਾਂ ਜੀ ਇਹਨਾਂ ਦਾ ਸਟਾਰਟਿੰਗ ਰੇਂਜ ਕੀ ਰਹਿਣ ਵਾਲੀ ਹੈ। ਜਿਹੜੀ ਆਪਣੀ ਹੈਂਡਵਰਕ ਸਾੜੀਆਂ ਨੇ ਇਹਨਾਂ ਦੀ ਸਟਾਰਟਿੰਗ ਰੇਂਜ ਰਹਿਣ ਵਾਲੀ ਉਹ 700-800 ਰੁਪਏ ਰਹਿਣ ਵਾਲੀ ਹੈ ਜੀ। ਉਹਦੇ ਵਿੱਚ ਤੁਹਾਨੂੰ ਹੈਂਡਵਰਕ ਮਿਲ ਜਾਂਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਹੀ ਦੱਸ ਦਿੰਦੀ ਹਾਂ ਆਪਣੇ ਜਿਹੜੇ ਡਰੈਸ ਮਟੀਰੀਅਲ ਸਟਾਰਟ ਕਰਨ ਤੋਂ ਪਹਿਲਾਂ, ਜਾਂ ਮੈਂ ਤੁਹਾਨੂੰ ਕਹਾਂ ਹੈਂਡਵਰਕ ਸਾੜੀ ਦਿਖਾਉਣ ਤੋਂ ਪਹਿਲਾਂ, ਕਿ ਜਿਹੜੀ ਹੈਂਡਵਰਕ ਦੀਆਂ ਸਾੜੀਆਂ ਨੇ ਉਹਨਾਂ ਨੂੰ ਕਮ ਤੋਂ ਕਮ ਬਣਾਉਣ ਦੇ ਵਿੱਚ 40 ਦਿਨ ਲੱਗ ਜਾਂਦੇ ਨੇ। ਜੀ ਹਾਂ, ਇੱਕ ਹੈਂਡਵਰਕ ਸਾੜੀ ਬਣਾਉਣ ਵਾਸਤੇ ਕਮ ਤੋਂ ਕਮ 40 ਦਿਨ ਲੱਗ ਜਾਂਦੇ ਨੇ, ਅਤੇ ਤੁਹਾਡਾ ਇੱਕ ਦਿਨ ਵਿੱਚ ਉਹਨਾਂ 40 ਦਿਨਾਂ ਦਾ ਜਿਹੜਾ ਮੈਂ ਕਹਿ ਦੇਵਾਂ ਕਿ ਉਹਨਾਂ ਸਾਰਾ ਜਿਹੜਾ ਵੀ ਤੁਸੀਂ ਉਹਦੇ 'ਤੇ ਮਾਰਜਿਨ ਰੱਖ ਕੇ ਵੇਚੋਗੇ ਜਾਂ ਫਿਰ ਤੁਸੀਂ ਦਿਓਗੇ ਉਹਨੂੰ ਸੈਲ ਕਰੋਗੇ, ਉਹ ਸਾਰਾ ਇੱਕ ਦਿਨਾਂ ਵਿੱਚ ਨਿਕਲ ਜਾਣਾ ਹੈ ਜੀ, ਸਾਰਾ ਦਾ ਸਾਰਾ ਪ੍ਰੋਫਿਟ। ਚਲੋ ਸਟਾਰਟ ਕਰਦੇ ਹਾਂ ਜੀ ਆਪਣੀ ਹੈਂਡਵਰਕ ਸਾੜੀ। ਫਸਟ ਕਲਰ ਤੁਸੀਂ ਵੇਖ ਰਹੇ ਹੋ ਪਿੰਕ ਕਲਰ ਰਹਿਣ ਵਾਲਾ ਹੈ ਜੀ। ਨਾਲੇ ਤੁਹਾਨੂੰ ਇਹ 'ਤੇ ਮਿਲ ਜਾਂਦਾ ਜੀ ਕੰਪਲੀਟ 'ਤੇ ਸਿਰੋਸਕੀ ਵਰਕ। ਇਹ ਜਿਹੜੇ ਸਿਰੋਸਕੀ ਵਰਕ ਤੁਸੀਂ ਵੇਖ ਰਹੇ ਹੋ ਇਹ ਵਿਵਿੰਗ ਦੇ ਉੱਤੇ ਮਿਲਦਾ ਹੈ। ਆਹ ਵੇਖੋ ਜੀ, ਇਹ ਕੰਪਲੀਟ ਤੁਹਾਨੂੰ ਵਿਵਿੰਗ ਮਿਲ ਜਾਂਦੀ ਹੈ ਮਲਟੀ ਕਲਰ ਦੀ ਤੁਹਾਨੂੰ, ਜਾਂ ਫਿਰ ਮੈਂ ਕਹਿ ਦਾਂ ਜੀ ਮਲਟੀ ਕਲਰ ਦੀ ਵਿਵਿੰਗ ਕਹਿ ਸਕਦੇ ਹਾਂ ਕਿ ਰੈੱਡ ਹੈਗਾ ਜੀ, ਗੋਲਡਨ ਹੈਗਾ ਜੀ, ਗ੍ਰੀਨ ਹੈਗਾ ਜੀ। ਨਾਲੇ ਤੁਹਾਨੂੰ ਇਸ 'ਤੇ ਮਿਲ ਜਾਂਦੀ ਜੀ ਇਸ ਟਾਈਪ ਦੀ ਪਾਈਪਿੰਗ ਸਾੜੀ ਦੇ ਵਿੱਚ, ਕੰਪਲੀਟ ਸਾੜੀ ਦੇ ਵਿੱਚ ਪਾਈਪਿੰਗ ਮਿਲੂਗੀ ਜੀ। ਲਟਕਣ ਤੁਸੀਂ ਵੇਖ ਸਕਦੇ ਹੋ ਇਸ ਟਾਈਪ ਦੀ, ਤੁਹਾਨੂੰ ਇੱਥੇ ਲਟਕਣ ਮਿਲਣ ਵਾਲੀ ਹੈ ਜੀ। ਨਾਲੇ ਸਾੜੀ ਦੀ ਮੈਂ ਗੱਲ ਕਰਾਂ ਡਿਜ਼ਾਇਨ, ਤੁਸੀਂ ਵੇਖੋ ਕਿੰਨਾ ਸੋਹਣਾ ਤੁਹਾਨੂੰ ਮਿਲ ਜਾਂਦਾ, ਇਹ ਹੈਗਾ ਜੀ ਇਹਦਾ ਪੱਲੂ ਦਾ ਡਿਜ਼ਾਇਨ। ਅਤੇ ਨਾਲੇ ਇਹਦੇ ਵਿੱਚ ਤੁਹਾਨੂੰ ਕੰਟਰਾਸਟ ਮੈਚਿੰਗ ਦਾ ਮਿਲ ਜਾਂਦਾ ਹੈ ਜੀ ਬਲਾਊਜ਼। ਤੁਸੀਂ ਫੁੱਲ ਸਾੜੀ 'ਤੇ ਵੇਖ ਸਕਦੇ ਹੋ, ਤੁਹਾਨੂੰ ਕੰਪਲੀਟ 'ਤੇ ਹੀ ਸਾੜੀ 'ਤੇ ਸਿਰੋਸਕੀ ਵਰਕ ਮਿਲਣ ਵਾਲਾ। ਇਹ ਜਿਹੜਾ ਸਿਰੋਸਕੀ ਵਰਕ ਤੁਸੀਂ ਵੇਖ ਰਹੇ ਹੋ ਇਹ ਹੱਥਾਂ ਨਾਲ ਬਣਾਇਆ ਹੋਇਆ ਸਿਰੋਸਕੀ ਵਰਕ ਹੈ, ਐਵੇਂ ਨਹੀਂ ਕਿ ਮਸ਼ੀਨ ਦੇ ਨਾਲ ਚਿਪਕਾਇਆ ਹੋਇਆ ਜੀ, ਨਹੀਂ। ਇੱਕ ਹੋਰ ਤੁਹਾਨੂੰ ਯੈਲੋ ਕਲਰ ਦੇ ਵੀ ਸਾੜੀ ਦਿਖਾਵਾਂਗੇ। ਆਹ ਵੇਖੋ ਜੀ ਕੰਪਲੀਟ ਕਿੰਨੀ ਸੋਹਣੀ ਹੈਡਵੀ ਸਾੜੀ ਹੈ, ਸਿਲਕ ਫੈਬਰਿਕ ਰਹੂਗਾ ਜੀ। ਸਿਲਕ ਫੈਬਰਿਕ ਦੇ ਉੱਤੇ ਸਾੜੀ ਤੁਸੀਂ ਵੇਖ ਸਕਦੇ ਹੋ, ਵਿਵਿੰਗ ਦੇ ਨਾਲ ਤੁਹਾਨੂੰ ਮਿਲ ਜਾਂਦਾ ਜੀ ਕਿੰਨਾ ਸੋਹਣਾ ਸਟੋਨ ਵਰਕ ਜਿਹੜਾ ਤੁਸੀਂ ਵੇਖ ਰਹੇ ਹੋ, ਤੁਹਾਨੂੰ ਸਟੋਨ ਵਰਕ ਮਿਲ ਜਾਂਦਾ, ਨਾਲੇ ਤੁਹਾਨੂੰ ਇੱਥੇ 'ਤੇ ਮਿਰਰ ਵਰਕ ਵੀ ਮਿਲ ਜਾਂਦਾ। ਅਤੇ ਗੱਲ ਕਰਾਂ ਜੀ ਇਹਦੇ ਬਲਾਊਜ਼ ਦੀ, ਤੁਹਾਨੂੰ ਕੰਟਰਾਸਟ ਮੈਚਿੰਗ ਦੇ ਵਿੱਚ ਇਸ ਤਰ੍ਹਾਂ ਦਾ ਬਲਾਊਜ਼ ਮਿਲਣਾ, ਉਹਦੇ 'ਤੇ ਵੀ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਕੰਪਲੀਟ 'ਤੇ ਹੈਂਡਵਰਕ ਮਿਲਣ ਵਾਲਾ ਹੈ ਸਲੀਵਸ ਦੇ ਉੱਤੇ। ਤਾਂ ਇਹ ਜਿਹੜੇ ਕਲੈਕਸ਼ਨ ਨੇ ਸਿੰਗਲ ਨਹੀਂ ਹੈਗੇ ਜੀ, ਇਹ ਸੈੱਟ ਵਾਈਜ਼ ਕਲੈਕਸ਼ਨ ਨੇ, ਤੁਹਾਨੂੰ ਇਹਦੇ ਹੋਰ 4 ਕਲਰ ਮਿਲ ਜਾਣਗੇ। ਹਰ ਸਾੜੀ ਦੇ ਵਿੱਚ ਤੁਹਾਨੂੰ 3-4-5 ਕਲਰ ਮਿਲ ਜਾਂਦੇ ਨੇ। ਤੁਹਾਨੂੰ ਚਾਹੀਦੇ ਨੇ ਲਾਈਟ ਕਲਰ, ਤੁਹਾਨੂੰ ਲਾਈਟ ਕਲਰ ਮਿਲ ਜਾਂਦੇ ਨੇ। ਤੁਹਾਨੂੰ ਚਾਹੀਦੇ ਜੇ ਡਾਰਕ ਕਲਰ, ਤਾਂ ਡਾਰਕ ਕਲਰ ਵੀ ਆਪਣੇ ਕੋਲ ਅਵੇਲੇਬਲ ਨੇ। ਇੱਕ ਹੋਰ ਕਲੈਕਸ਼ਨ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਹੈਗਾ ਜੀ ਲਾਈਟ ਕਲਰ ਦੇ ਵਿੱਚ। ਕਲਰ ਤੁਸੀਂ ਵੇਖੋ ਕਿੰਨਾ ਸੋਹਣਾ ਲੱਗੀ ਜਾਂਦਾ, ਮਤਲਬ ਮੈਂ ਕਿ ਕਾਸਿਮਰ ਫੈਬਰਿਕ ਦੇ ਉੱਤੇ ਤੁਹਾਨੂੰ ਇਹ ਡਿਜ਼ਾਇਨ ਮਿਲ ਜਾਂਦਾ ਹੈ, ਗੋਟਾ ਪੱਤੀ ਵਰਕ ਮਿਲਣ ਵਾਲਾ ਹੈ ਜੀ, ਜ਼ਰੀ ਵਰਕ ਮਿਲ ਜਾਂਦਾ ਹੈ, ਮਿਰਰ ਵਰਕ ਮਿਲ ਜਾਂਦਾ ਹੈ। ਕਿੰਨਾ ਸੋਹਣਾ ਡਿਜ਼ਾਇਨ ਲੱਗੀ ਜਾਂਦਾ ਹੈ, ਫੁੱਲ ਹੈਵੀ ਸਾੜੀ ਰਹਿਣ ਵਾਲੀ ਹੈ ਜੋ ਕੰਪਲੀਟ 'ਤੇ ਤੁਹਾਨੂੰ ਗੋਟਾ ਪੱਤੀ ਮਿਲੂਗਾ, ਐਵੇਂ ਨਹੀਂ ਕਿ ਮੈਂ ਕਹਿ ਰਹੀ ਜੀ ਸਿੰਗਲ ਸਾੜੀ ਦੇ ਵਿੱਚ। ਇਹਦੇ ਵੀ ਤੁਹਾਨੂੰ 4 ਹੋਰ ਕਲਰਸ ਮਿਲ ਜਾਣਗੇ। ਇੱਕ ਹੋਰ ਤੁਹਾਨੂੰ ਨਵਾਂ ਕਲੈਕਸ਼ਨ ਦਿਖਾ ਦੇ ਰਿਹਾ, ਇਸੇ ਟਾਈਪ ਦਾ ਇੱਕ ਹੋਰ ਨਵਾਂ ਕਲੈਕਸ਼ਨ ਆਇਆ ਹੈ, ਉਹਦਾ ਡਿਜ਼ਾਇਨ ਥੋੜ੍ਹਾ ਵੱਖਰਾ। ਇਹਦੇ ਵਿੱਚ ਆਪਣੇ ਕੋਲ ਵਾਵਾ ਡਿਜ਼ਾਇਨ ਆਏ ਹੋਏ ਨੇ। ਇੱਕ ਹੋਰ ਡਿਜ਼ਾਇਨ ਤੁਹਾਨੂੰ ਉਸੇ ਸਾੜੀ ਦਾ ਦਿਖਾ ਦੇਣੇ ਆ, ਆਹ ਵੇਖੋ ਇਹ ਲਾਈਨਿੰਗ ਕਨਸੈਪਟ ਦੇ ਉੱਤੇ ਹੈ। ਉਹ ਜਿਵੇਂ ਤੁਸੀਂ ਵੇਖਿਆ ਸੀ ਫੁੱਲ ਬੂਟਿਆਂ ਦਾ ਸੀਗਾ, ਇਹ ਕੰਪਲੀਟ ਲਾਈਨਿੰਗ ਦਾ ਕਨਸੈਪਟ ਤੁਹਾਨੂੰ ਮਿਲ ਜਾਂਦਾ ਹੈ। ਡਿਜ਼ਾਇਨ ਤੁਸੀਂ ਵੇਖ ਸਕਦੇ ਹੋ, ਆਹ ਵੇਖੋ ਓਰੀਜਨਲ ਮਿਰਰ ਦੇ ਨਾਲ ਤੁਹਾਨੂੰ ਕਿੰਨਾ ਸੋਹਣਾ ਕਢਾਈ ਵਰਕ ਮਿਲ ਜਾਂਦਾ ਹੈ, ਇੱਥੇ ਕਿੰਨਾ ਸੋਹਣਾ ਲੱਗੀ ਜਾਂਦਾ ਹੈ। ਗੋਟਾ ਪੱਤੀ ਵੀ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਲੱਗੀ ਹੋਈ ਹੈ। ਇਹ ਜਿਹੜਾ ਫੈਬਰਿਕ ਰਹੂਗਾ ਜੀ ਸਿਮਰ ਫੈਬਰਿਕ ਰਹੂਗਾ। ਕਲਰ ਤੁਸੀਂ ਵੇਖੋ ਕਿੰਨਾ ਸੋਹਣਾ, ਤੁਹਾਨੂੰ ਬਲੂ ਕਲਰ ਮਿਲ ਜਾਂਦਾ ਹੈ, ਰੋਇਲ ਬਲੂ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਹੋ ਜਿਹੇ ਜਿਹੜੇ ਆਪਣੇ ਕਲੈਕਸ਼ਨਸ ਨੇ, ਇਹ ਸਭ ਤੋਂ ਜ਼ਿਆਦਾ ਰਨਿੰਗ ਟ੍ਰੈਂਡਿੰਗ ਕਲੈਕਸ਼ਨਸ ਨੇ।
ਇੱਕ ਕਲੈਕਸ਼ਨ ਮੈਂ ਤੁਹਾਨੂੰ ਹੋਰ ਦਿਖਾ ਦਿੰਦੀ ਹਾਂ। ਇਹ ਵੈਡਿੰਗ ਟਾਈਪ ਕਲੈਕਸ਼ਨ ਹੈਗਾ ਜੀ, ਤੁਸੀਂ ਵੇਖ ਸਕਦੇ ਹੋ ਕਿੰਨਾ ਹੈਵੀ ਕਲੈਕਸ਼ਨ ਦਿੱਸੀ ਜਾਂਦਾ ਹੈ, ਬਿਲਕੁਲ ਹੈਵੀ ਸੈਡ ਹੀ ਰਹਿਣ ਵਾਲੀ ਹੈ ਜੇ ਕੰਪਲੀਟ। ਤਾਂ ਤੁਹਾਨੂੰ ਹੈਂਡਵਰਕ ਮਿਲੂਗਾ, ਚਲੋ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਡਿਮਾਂਡ ਹੁੰਦੀ ਹੈ ਜੀ ਹੈਂਡਵਰਕ, ਲਹਿੰਗਾ ਚਾਹੀਦਾ ਜੀ ਹੈਂਡਵਰਕ, ਸਾੜੀਆਂ ਚਾਹੀਦੀਆਂ ਜੀ ਹੈਂਡਵਰਕ, ਸੂਟ ਚਾਹੀਦੇ ਨੇ ਤਾਂ ਵੀ ਹੈਂਡਵਰਕ। ਆਹ ਵੇਖੋ ਜੀ ਡਿਜ਼ਾਇਨ, ਤੁਸੀਂ ਵੇਖੋ ਤੁਹਾਨੂੰ ਬਾਰਡਰ ਕਿੰਨਾ ਸੋਹਣਾ ਮਿਲ ਜਾਂਦਾ ਹੈ। ਇਹ ਜਿਹੜਾ ਬਾਰਡਰ ਆ ਉਹਦੇ 'ਤੇ ਵੀ ਤੁਸੀਂ ਵੇਖ ਸਕਦੇ ਹੋ ਕਮਲ ਦੇ ਫੁੱਲਾਂ ਦੇ ਨਾਲ ਤੁਹਾਨੂੰ ਕਿੰਨਾ ਸੋਹਣਾ ਵਰਕ ਮਿਲ ਜਾਂਦਾ, ਨਾਲੇ ਤੁਹਾਨੂੰ ਇਹ 'ਤੇ ਮਿਰਰ ਵਰਕ ਮਿਲ ਜਾਂਦਾ, ਜਾਂ ਮੈਂ ਕਹਾਂ ਸਟੋਨ ਵਰਕ ਮਿਲ ਜਾਂਦਾ, ਸਿਰੋਸਕੀ ਵਰਕ ਮਿਲ ਜਾਂਦਾ, ਵਿਵਿੰਗ ਦਾ ਕੰਮ ਵੀ ਇਹਦੇ 'ਤੇ ਤੁਹਾਨੂੰ ਮਿਲ ਜਾਂਦਾ। ਆਹ ਵੇਖੋ ਇਹ ਕੰਪਲੀਟ ਤੁਹਾਨੂੰ ਵਿਵਿੰਗ ਦਾ ਕੰਮ ਮਿਲ ਜਾਂਦਾ। ਨਾਲੇ ਜਿਹੜੇ ਗੱਲ ਕਰਾਂ ਮੈਂ ਇਹਦੇ ਬਲਾਊਜ਼ ਦੀ, ਫੁੱਲ ਹੈਵੀ ਬਲਾਊਜ਼ ਰਹਿਣ ਵਾਲਾ ਜੀ, ਰੈੱਡ ਕਲਰ ਦਾ ਆਊਗਾ ਜੀ ਇਹਦਾ ਬਲਾਊਜ਼, ਅਤੇ ਨਾਲੇ ਤੁਹਾਨੂੰ ਸਾੜੀ ਫੁੱਲ ਦਿਖਾ ਦਿੰਦੇ। ਆਹ ਵੇਖੋ ਤੁਸੀਂ ਕਹੋਗੇ ਜੀ ਮੈਡਮ ਜੀ ਕਿ ਹੋ ਸਕਦਾ ਹੈ ਕਿ ਇਹ ਜਿਹੜਾ ਤੁਸੀਂ ਹੈਂਡਵਰਕ ਦਿਖਾ ਰਹੇ ਹੋ ਓਨਲੀ ਇਕੱਲਾ ਸਿਰਫ ਬਾਰਡਰ 'ਤੇ ਹੋਏ, ਨਹੀਂ ਜੀ ਇਕੱਲੇ ਬਾਰਡਰ 'ਤੇ ਨਹੀਂ ਹੈਗਾ ਜੀ। ਆਹ ਵੇਖੋ ਇੱਥੇ ਵੀ ਹੈ, ਇੱਥੇ ਵੀ ਹੈ, ਮਤਲਬ ਜਿੰਨੀ ਫੋਲਡਿੰਗ ਤੁਸੀਂ ਵੇਖੋਗੇ ਨਾ ਓਨੀ ਫੋਲਡਿੰਗ 'ਤੇ ਤੁਹਾਨੂੰ ਕੰਪਲੀਟ 'ਤੇ ਆ ਦੇਖੋ ਹੈਂਡਵਰਕ ਮਿਲ ਜਾਊਗਾ ਜੀ। ਕਹਿਣ ਦਾ ਮਤਲਬ ਇਹ ਹੀ ਆ ਜੀ, ਆਪਣੀ ਪੂਰੀ ਸਾਰੀ ਹੈਂਡਵਰਕ ਦੀ ਰਹਿਣ ਵਾਲੀ ਹੈ। ਇਹਦੇ ਵਿੱਚ ਤੁਹਾਨੂੰ ਇੱਕ ਹੋਰ ਨਵਾਂ ਕਲਰ ਦਿਖਾ ਦਿੰਦੇ ਹਾਂ, ਕਿਉਂਕਿ ਅੱਜ ਕੱਲ੍ਹ ਕੀ ਹੈ ਕਿ ਵਿਆਹਾਂ ਦੇ ਵਿੱਚ ਯੈਲੋ ਕਲਰ, ਪਿੰਕ ਕਲਰ, ਰੈੱਡ ਕਲਰ, ਗ੍ਰੀਨ ਕਲਰ ਵਾਹਵਾ ਚਲੇ ਜਾਂਦਾ ਹੈ। ਇੱਕ ਹੋਰ ਤੁਹਾਨੂੰ ਪਿੰਕ ਕਲਰ ਦੇ ਵਿੱਚ ਦਿਖਾ ਦਿੰਦੇ, ਰੋਜ਼ ਪਿੰਕ ਕਲਰ ਰਹਿਣ ਵਾਲਾ ਹੈ। ਡਿਜ਼ਾਇਨ ਤੁਹਾਨੂੰ ਮੈਂ ਦਿਖਾਵਾਂ ਤਾਂ ਆਹ ਵੇਖੋ ਕਿੰਨਾ ਸੋਹਣਾ ਡਿਜ਼ਾਇਨ ਰਹੂਗਾ ਜੀ ਇਹਦਾ, ਇਹ ਉਹਦਾ ਹੀ ਦੂਜਾ ਕਲਰ ਆਊਗਾ। ਪਾਈਪਿੰਗ ਦੇ ਨਾਲ ਤੁਸੀਂ ਵਰਕ ਵੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਤੁਹਾਨੂੰ ਇਹ 'ਤੇ ਮਿਲੀ ਜਾਂਦਾ, ਲਟਕਣ ਤੁਹਾਨੂੰ ਇਹਦੇ ਵਿੱਚ ਮਿਲ ਜਾਂਦੀਆਂ ਨੇ। ਜਿਹੜਾ ਇਹ ਸਾੜੀ ਦੇ ਪੀਸਿਸ ਨੇ ਉਹ ਤੁਹਾਨੂੰ ਸੈੱਟ ਵਾਈਜ਼ ਮਿਲਦੇ ਨੇ, ਕਿਸੇ ਦੇ 4 ਪੀਸਿਸ ਮਿਲਣੇ, ਕਿਸੇ ਦੇ 3 ਪੀਸਿਸ ਮਿਲਣਗੇ, ਇਸ ਤਰ੍ਹਾਂ ਦੇ ਤੁਹਾਨੂੰ ਕੰਪਲੀਟ ਸੈੱਟ ਵਾਈਜ਼ ਪੀਸਿਸ ਮਿਲਦੇ ਨੇ। ਇਹੋ ਜਿਹੜੇ ਲੇਟੈਸਟ ਕਲੈਕਸ਼ਨ ਤੁਸੀਂ ਵੀ ਲੈਣਾ ਚਾਹੁੰਦੇ ਹੋ, ਸਕਰੀਨ 'ਤੇ ਨੰਬਰ ਦਿੱਤਾ ਹੋਇਆ, ਉਹਦੇ ਤੁਸੀਂ ਕਾਲ ਮੈਸੇਜ ਕਰਕੇ ਵੀ ਔਨਲਾਈਨ ਪਰਚੇਜ਼ਿੰਗ ਕਰ ਸਕਦੇ ਹੋ, ਜਾਂ ਤੁਸੀਂ ਵੀਡੀਓ ਕਾਲ ਕਰਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ। ਜੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਮੇਰਾ, ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਤਾਂ ਪਰਸਨਲੀ ਕਹਾਂਗਾ ਕਿ ਤੁਸੀਂ ਆ ਕੇ ਵਿਜ਼ਿਟ ਕਰੋ। ਤਾਂ ਵਿਜ਼ਿਟ ਕਰਨ ਵਾਸਤੇ ਜਿਹੜਾ ਐਡਰੈਸ ਹੈਗਾ ਅਜਮੀਰਾ ਫੈਸ਼ਨ ਦਾ, ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਨਾਲੇ ਤੁਸੀਂ ਇਹਨਾਂ ਪ੍ਰੋਡਕਟਾਂ ਦੇ ਵਿੱਚ ਆਰਾਮ ਨਾਲ 50-80% ਮਾਰਜਨ ਰੱਖ ਕੇ ਵੀ ਇਹਨਾਂ ਨੂੰ ਸੈਲ ਕਰ ਸਕਦੇ ਹੋ, ਕਿਉਂਕਿ ਇਹ ਜਿਹੜੇ ਸਟਾਰਟਿੰਗ ਰੇਂਜ ਮੈਂ ਤੁਹਾਨੂੰ ਦੱਸੀ ਸੀਗੀ ਕਿ 700-800 ਤੋਂ ਆਪਣੀ ਹੈਂਡਵਰਕ ਦੀ ਸਟਾਰਟਿੰਗ ਹੋ ਜਾਂਦੀ ਹੈ। ਜੇ ਤੁਸੀਂ 700 ਦੀ ਸਾੜੀ ਪਰਚੇਜ਼ ਕਰਦੇ ਹੋ, ਉਹਨਾਂ ਨੂੰ ਤੁਸੀਂ ਆਰਾਮ ਨਾਲ 2000 ਜਾਂ 1500 ਦੇ ਨਾਲ ਆਰਾਮ ਨਾਲ ਵੇਚ ਸਕਦੇ ਹੋ। ਤਾਂ ਤੁਸੀਂ ਸੋਚੋ ਤੁਹਾਡਾ ਕਿੰਨਾ ਮੁਨਾਫਾ ਹੋ ਗਿਆ। ਜੇ ਤੁਸੀਂ ਸੋਚ ਰਹੇ ਹੋ ਕਿ ਇਹ ਬਿਜ਼ਨਸ ਤੁਸੀਂ ਸ਼ੋਪ 'ਤੇ ਨਹੀਂ ਕਰਨਾ, ਤੁਸੀਂ ਘਰ ਤੋਂ ਕਰਨਾ ਹੈ, ਤਾਂ ਜਿਹੜੀਆਂ ਮੇਰੀ ਮਾਤਾਵਾਂ ਭੈਣਾਂ ਨੇ ਜਾਂ ਜਿਹੜੇ ਮੇਰੇ ਭੈਣ ਭਰਾ ਨੇ, ਉਹ ਘਰ ਬੈਠੇ ਨੇ, ਉਹ ਵੀ ਘਰ ਤੋਂ ਇਹ ਬਿਜ਼ਨਸ ਸਟਾਰਟ ਕਰ ਸਕਦੇ ਨੇ। ਅਤੇ ਸਟਾਰਟ ਕਰਨ ਵਾਸਤੇ ਉਹਨਾਂ ਨੂੰ ਕੋਈ ਜ਼ਿਆਦਾ ਕੁ ਪੈਸੇ ਦੀ ਲੋੜ ਹੈ ਨਹੀਂ ਜੀ, 20-25,000 ਰੁਪਏ ਲਾ ਕੇ ਉਹ ਬਿਜ਼ਨਸ ਸਟਾਰਟ ਕਰ ਸਕਦੇ ਨੇ। ਅਤੇ ਨਾਲੇ ਇਹਨਾਂ ਦੇ ਨਾਲ ਨਾਲ ਉਹਨਾਂ ਨੂੰ ਮਿਲ ਜਾਂਦਾ ਹੈ ਜੀ ਇੱਥੇ ਜਿਹੜਾ ਆਪਣਾ ਲਹਿੰਗੇ ਦੇ ਕਲੈਕਸ਼ਨਸ ਨੇ, ਬ੍ਰਾਈਡਲ, ਸੈਮੀ ਬ੍ਰਾਈਡਲ, ਗਾਰਲਿਸ਼ ਅਤੇ ਕਿਡਸ ਵੇਅਰ, ਸਾੜੀਜ਼ ਦੇ ਵੀ ਹੋਰ ਬਾਕੀ ਕਲੈਕਸ਼ਨ ਮਿਲ ਜਾਂਦੇ ਨੇ, ਸਿਲਕ ਸਾੜੀ ਮਿਲ ਜਾਂਦੀ ਹੈ, ਕਾਂਜੀਵਰਮ ਮਿਲ ਜਾਂਦੀ, ਹਰ ਟਾਈਪ ਦਾ ਵੈਰੈਂਟ ਇੱਥੇ ਮਿਲ ਜਾਂਦਾ ਤੁਹਾਨੂੰ। ਕੁੜਤੀਜ਼ ਦੇ ਵਿੱਚ ਵੀ ਤੁਹਾਨੂੰ ਹੈਂਡਵਰਕ ਚਾਹੀਦਾ ਹੈ ਜਾਂ ਫਿਰ ਮੈਂ ਕਿਹਾ ਕੋਟ ਸੈੱਟ ਚਾਹੀਦਾ, ਹਰ ਟਾਈਪ ਦਾ ਕਲੈਕਸ਼ਨ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਅਜਮੀਰਾ ਫੈਸ਼ਨ ਦੇ ਵਿੱਚ। ਤਾਂ ਫਿਰ ਦੇਰ ਨਾ ਕਰੋ ਜੀ, ਛੇਤੀ ਇੱਥੇ ਸ਼ੋਪਿੰਗ ਕਰ ਲਓ, ਅਜਮੀਰਾ ਫੈਸ਼ਨ ਤੋਂ ਕਰ ਲਓ ਆਪਣੀ ਪਰਚੇਜ਼ਿੰਗ, ਆਪਣੇ ਘਰ ਦੇ ਵਿੱਚ ਸ਼ੋਪ ਸਟਾਰਟ ਕਰ ਲਓ, ਜਾਂ ਫਿਰ ਨਵੀਂ ਸ਼ੋਪ ਦੇ ਵਿੱਚ, ਜਾਂ ਫਿਰ ਤੁਸੀਂ ਲੈ ਰਹੇ ਹੋ ਸ਼ੋਰੂਮ ਤਾਂ ਉੱਥੇ ਵੀ ਤੁਸੀਂ ਸਟਾਰਟ ਕਰ ਸਕਦੇ ਹੋ। ਆਪਣੇ ਕੋਲ ਸਟਾਰਟਿੰਗ ਤੋਂ ਲੈ ਕੇ ਹਾਈ ਰੇਂਜ ਤੱਕ ਦੇ ਸਾਰੇ ਪ੍ਰੋਡਕਟ ਨੇ, ਉਹ ਸਾਰੇ ਮੈਨੂਫੈਕਚਰਿੰਗ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਨੇ, ਅਤੇ ਨਾਲੇ ਜਿਹੜੀ ਉਹਨਾਂ ਦੀ ਬਾਹਰ ਰੇਂਜ ਹੁੰਦੀ ਹੈ ਉਹਦਾ 4x4 ਆਪਾਂ ਕਹਿ ਸਕਦੇ ਹਾਂ, 3x ਕਹਿ ਸਕਦੇ ਹਾਂ, ਉਹੀ ਹੁੰਦੀ ਹੈ ਜੀ। ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਤੁਸੀਂ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ। ਧੰਨਵਾਦ।